ਅੱਜ ਪੰਜਾਬ ਰੋਡਵੇਜ਼ ਬੱਸਾਂ ਦੇ ਮੁਲਾਜ਼ਮ ਬੱਸਾਂ ਨੂੰ ਬੰਦ ਕਰਕੇ ਹੜਤਾਲ ਦੇ ਉੱਤੇ ਚਲੇ ਗਏ ਨੇ, ਜਿਸ ਦੇ ਚੱਲਦਿਆਂ ਮੁਸਾਫਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਪ੍ਰੈਸ ਦੇ ਨਾਲ ਗੱਲਬਾਤ ਕਰਦੇ ਹੋਏ ਜ਼ੀਰਾ ਬੱਸ ਸਟੈਂਡ ਦੇ ਉੱਤੇ ਹੜਤਾਲ ਦੇ ਉੱਤੇ ਬੈਠੇ ਰੋਡਵੇਜ਼ ਦੇ ਮੁਲਾਜ਼ਮਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਹੜਤਾਲ ਦੇ ਉੱਤੇ ਬੈਠੇ ਨੇ ਅਤੇ ਜੇਕਰ ਪੰਜਾਬ ਸਰਕਾਰ ਨੇ ਜਲਦੀ ਤੋਂ ਜਲਦੀ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ। ਇਸ ਮੌਕੇ ਦੇ ਉੱਤੇ ਰੋਡਵੇਜ਼ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਹੈ। ਇਹ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਕਰਨਾ ਪਿਆ ਸਾਨੂੰ ਜੀ, ਅਤੇ ਪੱਕੇ ਕੰਮ ਕੱਚੇ ਕਾਰਨ ਇਹਨਾਂ ਨੂੰ ਬਰਾਬਰ ਤਨਖਾਹ, ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ ਅਤੇ ਪੰਜਾਬ ਰੋਡਵੇਜ਼ ਨੂੰ ਕਾਰਪੋਰੇਸ਼ਨ ਮਰਜ ਕਰਨ ਦੀਆਂ ਤਿਆਰੀਆਂ ਕਰ ਰਹੀ ਸਰਕਾਰ, ਇਹਨਾਂ ਮਾਰੂ ਨੀਤੀਆਂ ਕਰਕੇ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ, ਸੰਘਰਸ਼ ਇਸ ਤੋਂ ਵੀ ਤੇਜ਼ ਕੀਤਾ ਜਾਵੇਗਾ ਜੀ। ਪੰਜਾਬ ਸਰਕਾਰ ਨੇ ਜੋ ਮਾਰੂ ਨੀਤੀਆਂ ਖਿਲਾਫ਼ ਅਸੀਂ ਉਤਰਿਆਂ, ਅੱਜ ਇਕੱਠ ਹੋਇਆ ਸਾਡਾ, ਅਸੀਂ ਹੜਤਾਲ ਕੀਤੀ ਆ ਕਿਉਂਕਿ ਪੂਰੇ ਪੰਜਾਬ 'ਚ ਪੁਰ ਜ਼ੋਰ ਹੜਤਾਲ ਹੋਈ ਆ ਜੀ। ਇਸ ਕਰਕੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਕੱਲ੍ਹ ਨੂੰ ਸੜਕਾਂ 'ਤੇ ਉਤਰਾਂਗੇ, ਇਸ ਤੋਂ ਵੀ ਵੱਧ ਸੰਘਰਸ਼ ਕਰਾਂਗੇ, ਰੋਸ ਮੁਜ਼ਾਹਰੇ ਕਰਾਂਗੇ ਸਰਕਾਰ ਖਿਲਾਫ਼। ਬਹੁਤ ਪਰੇਸ਼ਾਨੀ ਆ ਰਹੀ, ਅੱਧਾ ਪੌਣਾ ਘੰਟਾ ਹੋ ਗਿਆ ਖੜੇ ਫਿਰੋਜ਼ਪੁਰ ਜਾਣਾ, ਇਹਦਾ ਕੋਈ ਹੱਲ ਕੱਢਣਾ ਚਾਹੀਦਾ, ਜੇ ਇਹਨਾਂ ਦਾ ਬਹਿ ਕੇ ਫੈਸਲਾ ਕਰਨਾ ਚਾਹੀਦਾ, ਬਣਾਉਣ ਲਈ ਇਹਨਾਂ ਨੂੰ ਹੜਤਾਲਾਂ ਨਹੀਂ ਕਰਨੀਆਂ ਚਾਹੀਦੀਆਂ, ਬੈਠ ਕੇ ਇਹਨਾਂ ਨੂੰ ਕੋਈ ਤਰੀਕੇ ਨਾਲ ਫੈਸਲਾ ਕਰ ਲੈਣਾ ਚਾਹੀਦਾ, ਪਬਲਿਕ ਨੂੰ ਬੜੀ ਪਰੇਸ਼ਾਨੀ ਆ ਰਹੀ। ਜ਼ੀਰਾ ਤੋਂ ਸਤੀਸ਼ ਵਿਜ ਦੀ ਰਿਪੋਰਟ।